ਸੋ ਲੱਖਾਂ ਪਠਾਣਾ ਇਸ ਵੇਲੇ ਪਤਾ ਕਰ ਰਹੇ ਨੇ ਜਿਹੜੇ ਕਿਸਾਨ ਬੈਠੇ ਨੇ ਸ਼ੁਭਕਰਨ ਸਿੰਘ ਦੀ ਡੇਡ ਬੋਡੀ ਇੱਥੇ ਪਈ ਹੈ ਤੇ ਕੀ ਕਹਿਣਾ ਲੱਖਾਂ ਸਿੰਘਾਂ ਤੁਸੀਂ ਸਪੈਸ਼ਲ ਇੱਥੇ ਪਹੁੰਚੇ ਹੋ ਕਿਉਂਕਿ ਪਹਿਲਾਂ ਤੁਸੀਂ ਅੰਮ੍ਰਿਤਸਰ ਗਏ ਸੀ ਤੇ ਉੱਥੋਂ ਸਿੱਧੀ ਆ ਰਹੇ ਹੋ ਜਾਂ ਨਹੀਂ ਮੈਂ ਸ਼ੰਭੂ ਤੋਂ ਆ ਰਿਹਾ ਅੰਮ੍ਰਿਤਸਰ ਕੱਲ੍ਹ ਗਏ ਅੰਮ੍ਰਿਤਸਰ ਕੱਲ੍ਹ ਗਏ ਹਾਂ ਸ਼ੰਭੂ ਤੋਂ ਆ ਰਿਹਾ ਤੇ ਮੇਰਾ ਕਹਿਣਾ ਇਹੀ ਹੈ ਵੀ ਦੇਖੋ ਹੈਰਾਨੀ ਦੀ ਗੱਲ ਹੈ ਕਿ ਬੰਦਾ ਗੋਲੀ ਨਾਲ ਮਰਦਾ ਨੌਜਵਾਨ ਸ਼ਰੇਆਮੇ 32 ਬੋਰ ਦੀ ਗੋਲੀ ਦੇ ਸਿਰ 'ਚ ਵੱਜਦੀ ਆ ਸਾਡੇ ਕਿੰਨੇ ਮੁੰਡਿਆਂ ਦੀਆਂ ਲੱਤਾਂ ਬਾਹਾਂ ਤੋੜਤੀਆਂ ਜਵਾੜੇ ਤੋੜਤੇ ਚੱਕ ਕੇ ਲੈ ਗਏ ਚੱਡੇ ਪਾੜ ਤੇ ਬੋਰੀਆਂ 'ਚ ਲੈ ਗਏ ਲੱਦ ਕੇ ਹੈ ਨਾ ਅਤੇ ਉਹ ਮੁੰਡਾ ਇੱਕ ਤਾਂ ਜਿਹੜਾ ਪ੍ਰੀਤਪਾਲ ਮੁੰਡਾ ਨਵੇਂ ਗਾਂਵ ਵਾਲਾ ਉਹਨੂੰ ਹੁਣ ਅੱਜ ਰੈਫਰ ਕੀਤਾ ਤਾਂ ਉਹਦੇ ਵੀ ਕੋਈ 307 ਦਾ ਪਰਚਾ ਬਣਦਾ 302 ਇਹ ਬਣਦੀ ਹੈ ਉੱਥੋਂ ਦੇ ਗ੍ਰਹਿ ਮੰਤਰੀ ਦੇ ਬਣਦੀ ਹੈ ਉੱਥੋਂ ਦੇ ਜਿਹੜਾ ਮੌਜੂਦਾ ਉਸ ਸਮੇਂ ਦਾ ਜ਼ਿਲ੍ਹੇ ਦਾ ਚਾਹੇ ਜੀਂਦ ਜ਼ਿਲ੍ਹੇ ਦਾ ਡੀਸੀ ਹੈ ਚਾਹੇ ਉੱਥੋਂ ਦਾ SSP ਆ ਉਹਨਾਂ ਦੇ ਮੁਕੱਦਮਾ ਬਣਦਾ ਪਰ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੋਈ ਸਿੱਟ ਨਹੀਂ ਬਣਾਈ ਗਈ ਚੁੱਪ ਕਰ ਗਈ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਭਾਵੇਂ ਪੰਜਾਬ ਸਰਕਾਰ ਕਹਿੰਦੀ ਹੈ ਮੁੱਖ ਮੰਤਰੀ ਸਾਡਾ ਕਹਿੰਦਾ ਜੀ ਮੈਂ ਪੰਜਾਬ ਨਾਲ ਹਾਂ ਮੈਂ ਕਿਸਾਨਾਂ ਨਾਲ ਹਾਂ ਮੈਂ ਲੋਕਾਂ ਨਾਲ ਹਾਂ ਅਤੇ ਹਰਿਆਣੇ ਵਾਲੇ ਸਾਡੀ ਹੱਦ 'ਚ ਆ ਕੇ ਸਾਡੇ ਬੰਦੇ ਮਾਰੀ ਜਾਂਦੇ ਆ ਸਾਡੇ ਬੰਦੇ ਫੱਟੜ ਕਰੀ ਜਾਂਦੇ ਆ ਸਮਾਨ ਦੀ ਭੰਨ ਤੋੜ ਕਰਕੇ ਟਰੈਕਟਰਾਂ ਨੂੰ ਵੱਢ ਗਏ ਪਹਾੜੀਆਂ ਮਾਰ ਮਾਰ ਕੇ ਟਾਇਰ ਵੱਢ ਗਏ ਇੱਕ MLR ਤੱਕ ਵੀ ਨਹੀਂ ਯਾਰ ਦਾਖਲ ਹੁੰਦੀ ਇੱਥੇ ਕੱਟੀ ਜਾਂਦੀ ਅਤੇ ਪਰ ਅਸੀਂ ਕੀ ਸਮਝ ਗਏ ਭਾਂਸਿਆਂ ਵੀ ਤੂੰ ਪੰਜਾਬ ਨਾਲ ਆ ਕਿ ਤੂੰ ਦਿੱਲੀ ਨਾਲ ਆ ਅੱਛਾ ਅੰਮ੍ਰਿਤਸਰ ਦਾ ਕੀ ਸੀਨ ਹੈ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਪਰਿਵਾਰ ਭੁੱਖ ਹੜਤਾਲ 'ਤੇ ਬੈਠੇ ਆ ਬੰਦੀ ਸਿੰਘਾਂ ਦੇ ਉਹ ਆਪ ਭੁੱਖ ਹੜਤਾਲ 'ਤੇ ਬੈਠੇ ਆ ਸੋ ਮੈਂ ਉਹ ਵੀ ਅਪੀਲ ਕਰਦਾ ਕੌਮ ਨੂੰ ਕਿ ਸਾਡਾ ਫਰਜ਼ ਆ ਯਾਰ ਕੋਈ ਕੌਮੀ ਕਾਰਜ ਲਈ ਸਾਡੀਆਂ ਨਸਲਾਂ ਸਾਡੀ ਹੋਂਦ ਨੂੰ ਬਚਾਉਣ ਲਈ ਅੱਜ ਉਹ ਜੇਲ੍ਹਾਂ 'ਚ ਬੰਦ ਨੇ ਤਸੀਹਤ ਚੱਲ ਰਹੇ ਆ ਸੋ ਅਸੀਂ ਅੱਜ ਉਹਨਾਂ ਦੇ ਪਰਿਵਾਰ ਨੂੰ ਬੈਠਣ ਦੀ ਲੋੜ ਨਹੀਂ ਆ ਸਾਨੂੰ ਬੈਠਣ ਦੀ ਲੋੜ ਆ ਜਿੱਥੇ ਵੀ ਸਾਡੇ ਮੋਰਚੇ ਲੱਗੇ ਆ ਸ਼ੰਭੂਆਂ 'ਤੇ ਖਨੌਰੀਆਂ 'ਤੇ ਅੰਮ੍ਰਿਤਸਰ ਮੋਹਾਲੀ ਲੱਗਿਆ ਕੌਮੀ ਇਨਸਾਫ ਮੋਰਚਾ ਸਾਨੂੰ ਹਰ ਮੋਰਚੇ 'ਚ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਅੱਛਾ ਲੱਖਾਂ ਸਿਧਾਣਾ ਨੇ ਅਪੀਲ ਕੀਤੀ ਆ ਲੋਕਾਂ ਨੂੰ ਹਰ ਮੋਰਚੇ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਾ ਪੈਂਦਾ ਇੱਕ ਪਾਸੇ ਕਿਸਾਨਾਂ ਦਾ ਮੋਰਚਾ ਜਿਹੜਾ ਸਿਰ ਧੜਦੀ ਬਾਜੀ ਲੱਗੀ ਹੋਈ ਹੈ ਦੂਜੇ ਪਾਸੇ ਪੈਰਲਲ ਇੱਕ ਧਰਨਾ ਦੇ ਸ਼ੁਰੂ ਕਰ ਦਿੱਤਾ ਗਿਆ ਅੰਮ੍ਰਿਤਸਰ ਕੀ ਇਹਦਾ ਕਿਸਾਨਾਂ ਦੇ ਧਰਨੇ ਦੇ ਉੱਤੇ ਅਸਰ ਨਹੀਂ ਪਵੇਗਾ ਨਹੀਂ ਨਹੀਂ ਕੋਈ ਅਸਰ ਨਹੀਂ ਪੈਂਦਾ ਇਹੋ ਜਿਹੀ ਨਹੀਂ ਗੱਲ ਹੈਗੀ ਬਰਾਬਰ ਕੋਈ ਧਰਨਾ ਨਹੀਂ ਇਹਨੂੰ ਆਪਾਂ ਨਖੇੜ ਕੇ ਨਹੀਂ ਦੇ ਸਕਦੇ ਉਹ ਵੀ ਇੱਕ ਮਨੁੱਖੀ ਅਧਿਕਾਰਾਂ ਦੀ ਬਹੁਤ ਵੱਡੀ ਉਲੰਘਣਾ ਨਹੀਂ ਇੱਕੋ ਦਮ ਪੈਰਲਲ ਨਹੀਂ ਪੈਰਲਲ ਨਹੀਂ ਹੋਇਆ ਉਹ ਜਦੋਂ ਉੱਥੋਂ ਡਿਬਰੂਗੜ੍ਹ ਜੇਲ੍ਹ 'ਚੋਂ ਕਿਹਾ ਗਿਆ ਕਿ ਇਹ ਤਾਂ ਜੀ ਅੰਦਰੋਂ ਸਮਾਨ ਫੜਿਆ ਗਿਆ ਜੀ ਕੈਮਰੇ ਫੜੇ ਗਏ ਜੀ ਇਹ ਤਾਂ ਜੀ ਇਹਨਾਂ ਕੋਲ ਮੋਬਾਈਲ ਫੜੇ ਗਏ ਹਾਲਾਂਕਿ ਉਹਨਾਂ ਨੇ ਕੈਮਰੇ ਹਿੱਡਣ ਕੈਮਰੇ ਅੰਦਰ ਲਾਏ ਪੱਖਿਆਂ ਦੇ ਨਾਲ ਸੁੱਚਾਂ ਦੇ ਵਿੱਚ ਬਲਮਾਂ 'ਚ ਫਿੱਟ ਕੀਤੇ ਗੁਸਲਖਾਨਾ 'ਚ ਫਿੱਟ ਕੀਤੇ ਜਾਣ ਬੁੱਝ ਕੇ ਜਾਣੇ ਜਿਹੜੀ NSA ਨੂੰ ਵਧਾਉਣ ਦੇ ਲਈ ਤਾਂ ਫਿਰ ਇਸ ਕਰਕੇ ਉਹ ਜਿਹੜਾ ਮੌਕੇ ਦੇ ਉੱਤੇ ਹਾਲਾਤ ਬਣੇ ਉਹਨਾਂ ਦੇ ਵਿੱਚ ਉਹ ਮੋਰਚਾ ਨਿਕਲਿਆ ਸੋ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਯੋਧੇ ਇਹੋ ਜਿਹੇ ਸੂਰਬੀਰ ਸੂਰਮੇ ਹੋਣ ਕਿਸੇ ਦੀ ਤਾਕਤ ਨਹੀਂ ਹੈ ਖਾਲਸਾ ਜੀ ਪੰਜਾਬ ਕੰਨੀ ਕੋ ਅੱਖ ਭਰ ਵਿੱਚ ਤੱਕ ਜੇ ਅੱਛਾ ਇੱਕ ਛੋਟਾ ਜਿਹਾ ਸਵਾਲ ਹੋਰ ਭਾਨੇ ਸਿੱਧੂ ਦੇ ਬਾਰੇ ਗੱਲ ਕਰਦੇ ਆਪਾਂ ਭਾਨੇ ਸਿੱਧੂ ਇੱਕ ਤਾਂ ਪਾਸੇ ਸਟੇਜਾਂ ਦੇ ਉੱਤੇ ਪੰਜਾਬ ਦੇ ਰਾਖੇ ਹੋਣ ਦਾ ਦਾਅਵਾ ਕਰ ਰਹੇ ਨੇ ਦੂਜੇ ਪਾਸੇ ਉਹਨਾਂ ਦੀਆਂ ਕੁਝ ਵੀਡੀਓ ਇਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਜਿਹਦੇ ਵਿੱਚ ਸ਼ਰੇਆਮ ਗੰਦੀਆਂ ਗਾਲਾਂ ਕੱਢਦੇ ਭਾਨੇ ਸਿੱਧੂ ਦਾ ਇੱਕ ਪਾਸਟ ਰਿਹਾ ਇੱਕ ਅਤੀਤ ਰਿਹਾ ਭਾਨਾ ਸਿੱਧੂ ਉਹ ਜਿਹੀਆਂ ਫਿਲਮਾਂ ਵੀ ਬਣਾਉਂਦਾ ਰਿਹਾ ਗਾਲਾਂ ਵੀ ਕੱਢਦਾ ਰਿਹਾ ਅੱਜ ਭਾਨਾ ਸਿੱਧੂ ਕੀ ਕਰ ਰਿਹਾ ਸਵਾਲ ਇੱਥੇ ਖੜਾ ਅੱਜ ਦੱਸੋ ਅੱਜ ਪਿਛਲੇ 2-3 ਸਾਲ ਤੋਂ ਜਦੋਂ ਸਾਡੇ ਨਾਲ ਤੁਰਿਆ ਉਹਨੂੰ 4-5 ਸਾਲ ਹੋ ਗਏ ਉਦੋਂ ਬਾਅਦ ਭਾਨਾ ਦੱਸੋ ਕੀ ਕਰ ਹੁਣ ਤਾਂ ਉਹਨੇ ਲੱਖਾਂ ਨਹੀਂ ਕਰੋੜਾਂ ਰੁਪਏ ਲੋਕਾਂ ਨੇ ਯਾਰ ਵਾਪਸ ਕਰਾ ਦੇ ਠੱਗ ਏਜੰਟਾਂ ਦੇ ਕੋਲੋਂ ਜਿਹੜੇ ਕੰਮ ਸਰਕਾਰਾਂ ਦੇ ਭਾਨੇ ਵਰਗੇ ਕਰ ਰਹੇ ਆ ਸੋ ਲਗਾਤਾਰ ਮੈਂ ਤੁਹਾਨੂੰ ਦੱਸਦਾ ਸਾਡੇ ਖਿਲਾਫ਼ ਇੱਕ ਨੈਰੇਟਿਵ ਇੱਕ ਮਾਹੌਲ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਇਹ ਆਏ ਆ ਜੀ ਆਏ ਆ ਜੀ ਉਹ ਵਰਤਾਂਤ ਨੂੰ ਤੋੜਨ ਦੀ ਲੋੜ ਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਯਾਰ ਅਸੀਂ ਪੰਜਾਬ ਦਾ ਕੀ ਮਾੜਾ ਕਰਤਾ ਕੋਈ ਗਦਾਰੀ ਕਰਤੀ ਕੋਈ ਪਿੱਠ ਛੁਰਾ ਮਾਰਤਾ ਪੰਜਾਬ ਦੇ ਇਹਦਾ ਘਰ ਛੱਡ ਕੇ ਦਿਨ ਰਾਤ ਲੜ ਰਹੇ ਹਾਂ ਇਸ ਕਰਕੇ ਅਪੀਲ ਹੈ
ਸਮਝਿਆ ਕਰੋ ਕਹਾਣੀ ਨੂੰ ਵੀ ਇਹਨਾਂ ਦੇ ਆਈ ਟੀ ਸੈੱਲ, ਇਹਨਾਂ ਦੇ ਖਰੀਦੇ ਹੋਏ ਪਲਾਂਟ ਕੀਤੇ ਹੋਏ ਬੰਦੇ ਕਿਵੇਂ ਮਾਹੌਲ ਬਣਾਉਂਦੇ ਆ ਸੋਸ਼ਲ ਮੀਡੀਆ ਦੇ ਉੱਤੇ। ਹੁਣ ਮੇਰੇ ਖਿਲਾਫ਼ ਕਈ ਥਾਵੀਂ ਮੁਰਦਾਬਾਦ ਮੁਰਦਾਬਾਦ, ਮੈਂ ਕੋਈ ਐਮ ਪੀ ਹਾਂ, ਐਮ ਐਲ ਏ ਹਾਂ, ਮੈਂ ਅਹੁਦੇਦਾਰ ਹਾਂ, ਮੇਰੇ ਕੋਲ ਕੋਈ ਤਾਕਤ ਆ? ਉੱਥੇ ਤੁਹਾਨੂੰ ਤੁਹਾਡੇ ਵੱਲੋਂ ਜਵਾਬ ਵੀ ਨਹੀਂ ਦਿੱਤਾ ਗਿਆ ਖੜ ਕੇ ਪ੍ਰੋਪਰਲੀ। ਮੇਰੇ ਕੋਲ ਕੋਈ ਬੰਦਾ ਇੱਕ ਦਲੀਲ ਨਾ, ਤਰਕ ਨਾ, ਕਿ ਸਵਾਲ ਤੁਸੀਂ ਜੋ ਮਰਜ਼ੀ ਪੁੱਛੋ ਮੈਂ ਜਵਾਬ ਦੇ ਕੇ ਜਾਊਂਗਾ। ਹੁਣ ਜੇ ਬਿਨਾਂ ਗੱਲ ਤੋਂ ਤੁਸੀਂ ਗੱਲ ਹੀ ਪੈਣਾ ਆ ਕੇ ਬੰਦੇ ਦੇ, ਪਹਿਲਾਂ ਹੀ ਵੀਡੀਓ ਕੱਢ ਲੈਂਦੇ ਆ, ਪਹਿਲਾਂ ਹੀ ਗੱਲ ਪੈਣ ਦੀਆਂ ਕੋਸ਼ਿਸ਼ਾਂ, ਪਹਿਲਾਂ ਹੀ ਉਹ ਜਿਹੇ ਸਵਾਲ ਜਵਾਬ, ਫਿਰ ਤਾਂ ਮਿਸ ਕੇ ਆਏ ਹੁੰਦੇ ਆ ਨਾ, ਵੀ ਬੰਦੇ ਦੀ ਬੇਇੱਜ਼ਤੀ ਕਰਨੀ ਆ। ਹੁਣ ਪੱਗ ਤਾਂ ਮੈਂ ਲਾਉਣੀ ਨਹੀਂ ਹੈਗੀ ਕਿਤੇ, ਵੀ ਕੋਈ ਕੱਲ ਨੂੰ ਮੇਰੀ ਪੱਗ ਨੂੰ ਹੱਥ ਪਾ ਲੇ ਤੇ ਮੈਂ ਉੱਥੇ ਹੱਥ ਬੰਨ੍ਹ ਕੇ ਖੜ ਜਾ, ਠੀਕ ਆ ਨਾ? ਇਸ ਕਰਕੇ ਇਹ ਤਾਂ ਨਹੀਂ ਕੰਮ ਹੋਣਾ। ਸਵਾਲ ਕਰਨਾ ਉਹ ਜਦੋਂ ਮਰਜ਼ੀ ਜੀ ਸਕਦਾ ਕਿਉਂ, ਮੈਂ ਤਾਂ ਆਪ ਬੋਲਦਾ ਬਾਈ, ਜਿੱਥੇ ਮਰਜ਼ੀ ਜਿਹੜੇ ਮੰਚ ਤੇ ਮੈਨੂੰ ਬੁਲਾ ਲਓ, ਜਿਹੜਾ ਮਰਜ਼ੀ ਸਵਾਲ ਰੱਖੋ ਮੈਂ ਜਵਾਬ ਦਊਂਗਾ। ਸਰਕਾਰ ਦੀਆਂ ਕਟੇੜਾਂ ਨੇ ਜੀ ਜੀ ਉਹ ਸੋ ਲੱਖਾਂ ਸਿਧਾਣਾ ਨੇ ਦੱਸਿਆ ਕਿ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ, ਇਹਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ, ਤੇ ਜਿਹੜੇ ਲੋਕ ਨੇ ਕੁਝ ਇਸ ਤਰ੍ਹਾਂ ਦੇ ਛੱਡੇ ਹੋਏ ਨੇ ਲੱਖਾਂ ਸਿਧਾਣਾ ਨੂੰ ਬਦਨਾਮ ਕਰਨ ਦੇ ਲਈ। ਸੋ ਜਿਹੜੀ ਬਾਕੀ ਅਸੀਂ ਤੁਹਾਡੇ ਲੋਕਾਂ ਦੇ ਉੱਤੇ ਛੱਡਦੇ ਹਾਂ ਕਿ ਤੁਸੀਂ ਕੀ ਸਮਝਦੇ ਹੋ। ਤੁਸੀਂ ਦੇਖੋ ਇੱਕ ਗੱਲ ਜਿਹੜੀ ਮੈਂ ਗੱਲ ਜਿਹੜੀ ਹੋਰ ਕਹਿਣਾ ਚਾਹੁੰਦਾ ਨਾ, ਕਿ ਤੁਸੀਂ ਇਹ ਦੇਖੋ ਵੀ ਉਹ ਜਿਹੜੇ ਪਿੰਡਾਂ ਚ ਮੇਰਾ ਵਿਰੋਧ ਕਰਦੇ ਆ ਬੰਦੇ, ਉਹ ਬੰਦੇ ਕਿਹਦੇ ਆ, ਕੌਣ ਬੰਦੇ ਆ? ਸਾਰਾ ਪੰਜਾਬ ਉੱਠ ਕੇ ਮੇਰਾ ਵਿਰੋਧ ਕਰਦੇ, ਚੰਦ ਬੰਦੇ ਨੇ ਸਾਰੀਆਂ ਪਾਰਟੀਆਂ, ਮੈਂ ਸਾਰੀਆਂ ਪਾਰਟੀਆਂ ਦੀਆਂ ਜੋ ਉਹਨਾਂ ਦੀਆਂ ਕਰਤੂਤਾਂ ਨੇ ਉਹ ਜੱਗ ਜਾਹਰ ਕੀਤੀਆਂ, ਜੋ ਉਹਨਾਂ ਨੇ ਪੰਜਾਬ ਨਾਲ ਗਦਾਰੀਆਂ ਕੀਤੀਆਂ ਨੇ, ਧੋਖੇ ਕੀਤੇ, ਜੱਗ ਜਾਹਰ ਕੀਤੇ ਆ, ਉਹ ਮੈਨੂੰ ਅਸਲ ਮੈਂ ਅਲੱਗ ਥਲੱਗ ਕਰਨਾ ਚਾਹੁੰਦੇ ਆ ਪੰਜਾਬ ਦੇ ਵਿੱਚੋਂ, ਵੀ ਇਹਦੇ ਖਿਲਾਫ਼ ਇੱਕ ਵਰਤਾਂਤ ਘੜਿਆ ਜਾਵੇ। ਉਸ ਕਰਕੇ ਮੇਰਾ ਉਹ ਜਿਹੇ ਚਾਰ ਬੰਦੇ ਉੱਠਦੇ ਆ ਵਿਰੋਧ ਕਰਦੇ, ਕੋਈ ਗੱਲ ਨਹੀਂ, ਜਿੰਦਾਬਾਦ ਮੁਰਦਾਬਾਦ, ਮੈਨੂੰ ਕਰੀ ਚੱਲੋ, ਪਰ ਮੇਰਾ ਇੱਕ ਪੱਖ ਤਾਂ ਕੱਢ ਦਿਓ ਨਾ, ਵੀ ਲੱਖਾਂ ਕਿੱਥੇ ਪੰਜਾਬ ਦੇ ਪਿੱਛੇ, ਲੱਖਾਂ ਹਟ ਗਿਆ ਜਾਂ ਲੱਖੇ ਨੇ ਕੋਈ ਉਦਾਰੀ ਕਰਤੀ ਜਾਂ ਲੱਖੇ ਨੇ ਕੋਈ ਧੋਖਾ ਦੇ ਦਿੱਤਾ ਲੋਕਾਂ ਨੂੰ ਜਾਂ ਲੱਖੇ ਨੇ ਲੋਕਾਂ ਦੇ ਹੱਥ ਵੇਚਤੇ ਜਾਂ ਪੰਜਾਬ ਦੇ ਹੱਥ। ਸੋ ਇਸ ਕਰਕੇ ਮੈਂ ਅਪੀਲ ਕਰਦਾ ਵੀ ਪੰਜਾਬ ਦੇ ਲੋਕੋ, ਇਹ ਕਹਾਣੀ ਨੂੰ ਸਮਝੋ, ਇਹ ਮਾਹੌਲ ਬਣਾਇਆ ਜਾਂਦਾ ਹੁੰਦਾ ਇੱਕ ਤਰ੍ਹਾਂ ਦਾ। ਹੁਣ ਜਦੋਂ ਇਹਨਾਂ ਦੀਆਂ ਇੰਨੇ ਆਈ ਟੀ ਸੈੱਲ ਨੇ, ਇਹਨਾਂ ਦੀਆਂ ਇੰਨੀਆਂ ਫੇਕ ਆਈਡੀਆਂ ਨੇ, ਉਹ ਤੇ ਮਾਹੌਲ ਸਿਰਜ ਦਿੰਦੇ ਆ, ਸਹੀ ਬੰਦੇ ਨੂੰ ਵੀ ਲੱਗਣ ਲਾ ਦਿੰਦੇ ਆ ਵੀ ਅੱਛਾ ਯਾਰ ਲੱਖਾਂ ਵਾਕਈ ਗੱਲ। ਗੱਲ ਨੂੰ ਸੱਚਾਈ ਨੂੰ ਸਮਝਣ ਦੀ ਕੋਸ਼ਿਸ਼, ਜੇ ਮੈਂ ਗਲਤ ਹੁੰਦਾ ਤਾਂ ਮੈਂ ਹੁਣ ਨੂੰ ਕਿਤੇ ਵਿਕਿਆ ਹੁੰਦਾ, ਸਾਰੀਆਂ ਪਾਰਟੀਆਂ ਅੱਜ ਵੀ ਹੱਥ ਕੱਢਦੀਆਂ ਸਾਡੇ ਨਾਲ ਆਇਆ ਸਾਡੇ ਨਾਲ ਆਇਆ, ਪਰ ਨਹੀਂ। ਸੋ ਲੱਖਾਂ ਸਿਧਾਣੇ ਦੱਸਿਆ ਕਿ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ, ਅਤੇ ਉਹਨਾਂ ਨੇ ਕਿਹਾ ਕਿ ਜੇ ਮੈਂ ਵਿਕਾਊ ਹੁੰਦਾ ਤਾਂ ਹੁਣ ਤੱਕ ਮੈਂ ਕਿਸੇ ਵੀ ਪਾਸੇ ਕਿਸੇ ਵੀ ਸੰਸਥਾ ਦੇ ਹੱਥਾਂ ਵਿੱਚ ਖੇਡ ਸਕਦਾ ਸੀ। ਪ੍ਰਵੀਨ ਕੋਮਲ, ਡੇਲੀ ਪੋਸਟ, ਪੰਜਾਬ ਹਰਿਆਣਾ ਹਿਮਾਚਲ।